ਪਨੂ ਸਾਹਿਬ ਜੇ ਗੱਲ ਇੱਥੋਂ ਸ਼ੁਰੂ ਕਰੀਏ ਕਿ ਹੁਣ ਸੁਣਵਾਈ ਹੋਣੀ ਸੀ ਨਾ ਜੀ ਸੁਪਰੀਮ ਕੋਰਟ ਦੇ ਵਿੱਚ ਪ੍ਰਧਾਨ ਮੰਤਰੀ ਦੀ ਫੇਰੀ ਨੂੰ ਲੈ ਕੇ, ਤੇ ਉਹਦੇ ਬਾਰੇ ਸੁਪਰੀਮ ਕੋਰਟ ਨੇ ਕੀ ਕਿਹਾ ਜੀ ਹੁਣ? ਸੁਪਰੀਮ ਕੋਰਟ ਨੇ ਜਿਹੜਾ ਜੀ ਇੱਕ ਤਾਂ ਇਹ ਗੱਲ ਕਹੀ ਆ ਕਿ ਦੋਨੋਂ ਜਿਹੜਾ ਇੱਕ ਰਾਜ ਤੇ ਕੇਂਦਰ ਦੀ ਸਰਕਾਰ ਦੀਆਂ ਜਿਹੜੀਆਂ ਏਜੰਸੀਆਂ ਨੇ ਉਹ ਮਿਲ ਕੇ ਇਹਦੀ ਇਨਵੈਸਟੀਗੇਸ਼ਨ ਕਰਨ, ਔਰ ਪੰਜਾਬ ਸਰਕਾਰ ਨੂੰ ਹਦਾਇਤਾਂ ਇਹ ਜਾਰੀ ਕੀਤੀਆਂ ਨੇ ਕਿ ਹਰ ਚੀਜ਼ ਦਾ ਰਿਕਾਰਡ ਸੰਭਾਲ ਕੇ ਰੱਖਿਆ ਜਾਵੇ। ਬਿਨਾਂ ਕਿਸੇ ਸ਼ੱਕ ਦੇ ਇਹ ਕੇਂਦਰ ਦੀਆਂ ਏਜੰਸੀਆਂ ਦੇ ਵਾਸਤੇ ਵੀ ਹੈ, ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਆ। ਸੁਪਰੀਮ ਕੋਰਟ ਦੇ ਵਿੱਚ ਨਾ ਤਾਂ ਪੰਜਾਬ ਸਰਕਾਰ ਜਿਹੜੀ ਉਹ ਟੱਪਲੇ ਮਾਰ ਸਕੂਗੀ, ਨਾ ਕੇਂਦਰ ਦੀ ਸਰਕਾਰ ਦੀਆਂ ਏਜੰਸੀਆਂ ਹੀ ਟੱਪਲੇ ਇਸ ਮਾਮਲੇ ਦੇ ਉੱਤੇ ਮਾਰ ਸਕਣਗੀਆਂ। 10 ਤਰੀਕ ਅਗਲੀ ਜਿਹੜੀ ਉਹ ਪਾਈ ਆ ਸੁਪਰੀਮ ਕੋਰਟ ਨੇ, ਪਰ ਬਹੁਤ ਜ਼ਿਆਦਾ ਕੁਛ ਨਹੀਂ ਅਜੇ ਇਸ ਮਸਲੇ ਦੇ ਉੱਤੇ ਕਿਹਾ। ਇਹ ਕਿਹਾ ਕਿ ਦੋਨੋਂ ਸਰਕਾਰਾਂ ਜਿਹੜੀਆਂ ਨੇ ਉਹ ਮਿਲ ਕੇ ਇਸ ਜਾਂਚ ਨੂੰ ਅੱਗੇ ਤੋਰਨ ਜੀ। ਤੇ ਪੰਨੂ ਸਾਹਿਬ, ਜਿਹੜੀ ਕੇਂਦਰੀ ਟੀਮ ਪੰਜਾਬ ਵਿੱਚ ਹੁਣ ਪੰਜਾਬ ਪੁਲਿਸ ਦੇ ਸੀਨੀਅਰ ਅਫਸਰਾਂ ਨੂੰ ਤਲਬ ਉਹਨੇ ਕੀਤਾ ਜੀ ਕੇਂਦਰੀ ਟੀਮ ਨੇ? ਬਿਲਕੁਲ ਜੀ, ਇਹ ਜਿਹੜੀ ਟੀਮ ਹੈ ਅੱਜ ਇੱਥੇ ਸਵੇਰੇ ਪਹੁੰਚੀ। 3 ਮੈਂਬਰੀ ਟੀਮ ਹੈ ਇਹ, ਔਰ ਇਹ ਸਭ ਤੋਂ ਪਹਿਲਾਂ ਤਾਂ ਉਸ ਜਗ੍ਹਾ ਦੇ ਉੱਤੇ ਪਹੁੰਚੀ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦਾ ਕਾਫਲਾ ਰੁਕਿਆ ਸੀਗਾ। ਤੋਂ ਬਾਅਦ ਟੀਮ ਦੇ ਵਿੱਚ ਫਿਰੋਜ਼ਪੁਰ ਦੇ ਵਿੱਚ ਇਹ ਟੀਮ BSF ਦਾ ਜਿਹੜਾ ਮੇਨ ਕੈਂਪ ਹੈ ਉੱਥੇ ਚਲੇਗੀ, ਔਰ ਟੀਮ ਦੇ ਅਧਿਕਾਰੀ ਜਿਹੜੇ ਸੀਗੇ ਉਹ ਕਾਫਲੇ ਦੇ ਅੱਗੇ ਜਾਮ ਵਾਲੀ ਜਗ੍ਹਾ ਦੇ ਉੱਤੇ ਰਹੇ, ਜਿੱਥੇ ਕਰਮਚਾਰੀਆਂ ਤੋਂ ਪੁੱਛਗਿੱਛ, ਪੁਲਿਸ ਦੇ ਕਰਮਚਾਰੀਆਂ ਤੋਂ ਪੁੱਛਗਿੱਛ ਕੀਤੀ ਗਈ। ਇਸ ਟੀਮ ਨੇ ਜਿਹੜੇ ਰਾਤ ਚਿੱਠੀ ਲਿਖ ਕੇ ਇਹ ਹਦਾਇਤ ਕੀਤੀ ਸੀਗੀ ਕਿ ਇਹ ਜਿਹੜੇ ਪੰਜਾਬ ਪੁਲਿਸ ਦੇ ਸੀਨੀਅਰ ਆਫੀਸਰਸ ਨੇ, ਜਿਹਦੇ ਵਿੱਚ ਜਿਹੜੇ DGP ਨੇ, ਕਾਰਜਕਾਰੀ DGP ਨੇ, ਚਲੋ ਪਰ DGP ਨੇ, ਸਿਧਾਰਥ ਚੱਟੋਪਾਧਿਆ, ਉਹਨਾਂ ਸਣੇ 13 ਪੁਲਿਸ ਅਧਿਕਾਰੀ ਜਿਹੜੇ ਨੇ ਸੀਨੀਅਰ ਉਹ ਹਾਜ਼ਰ ਰਹਿਣ, ਔਰ ਜੁਆਇੰਟ ਸੈਕਟਰੀ ਦੇ ਰਾਹੀਂ ਰਾਤ ਜਿਹੜੇ ਜੁਆਇੰਟ ਸੈਕਟਰੀ ਨੇ ਅਨਿਰੁੱਧ ਤਿਵਾਰੀ ਉਹਨੂੰ ਇਹ ਗੱਲ ਕਹੀ ਸੀਗੀ ਕਿ ਕੱਲ੍ਹ ਨੂੰ ਇਹ ਸਾਰੇ ਦੇ ਸਾਰੇ ਉੱਥੇ ਹਾਜ਼ਰ ਰਹਿਣੇ ਚਾਹੀਦੇ ਆ। ਇਹ ਵੀ ਕਿਹਾ ਗਿਆ ਸੀਗਾ ਕਿ ਉਹਨਾਂ ਤੋਂ ਬਿਨਾਂ ਵੀ ਕੁਛ ਅਫਸਰਾਂ ਨੂੰ ਬੁਲਾਇਆ ਜਾ ਸਕਦਾ। ਪੰਜਾਬ ਦੇ DDP ਸਿਧਾਰਥ ਚੱਟੋਪਾਧਿਆ, ਪੰਜਾਬ ਸਰਕਾਰ ਦੇ ਵੱਲੋਂ ਪ੍ਰਧਾਨ ਮੰਤਰੀ ਸਿਕਿਉਰਿਟੀ ਦੀ ਜ਼ਿੰਮੇਵਾਰੀ ਵੇਖ ਰਹੇ ADGP ਜੀ ਨਾਗੇਸ਼ਵਰ ਰਾਓ, ਉਹਨਾਂ ਤੋਂ ਇਲਾਵਾ ADGP ਜਤਿੰਦਰ ਜੈਨ, ਪਟਿਆਲਾ ਰੇਂਜ ਦੇ IG ਮੁਖਵਿੰਦਰ ਸਿੰਘ ਛੀਨਾ, ਫਿਰੋਜ਼ਪੁਰ ਰੇਂਜ ਦੇ DIG ਇੰਦਰਬੀਰ ਸਿੰਘ, ਫਰੀਦਕੋਟ ਰੇਂਜ ਦੇ DIG ਸੁਰਜੀਤ ਸਿੰਘ, ਫਿਰੋਜ਼ਪੁਰ ਦੇ DC, ਬਠਿੰਡਾ ਦੇ DC, ਫਿਰੋਜ਼ਪੁਰ ਦੇ SSP, ਮੋਗਾ ਦੇ SSP, ਬਠਿੰਡਾ ਦੇ SSP, ਸਾਰਿਆਂ ਨੂੰ ਸੱਦਿਆ ਗਿਆ ਸੀਗਾ। ਇਹ ਜਿਹੜੀ ਟੀਮ ਹੈ ਇਹਨੇ ਲੰਬੀ ਪੁੱਛਗਿੱਛ ਕੀਤੀ ਆ। ਕੀ ਪੁੱਛਗਿੱਛ ਕੀਤੀ ਆ ਇਹ ਨਹੀਂ ਪਤਾ ਲੱਗਿਆ, ਇੰਨਾ ਕੁ ਪਤਾ ਲੱਗਿਆ ਕਿ ਜਿਹੜੇ ਫਿਰੋਜ਼ਪੁਰ ਦੇ SSP ਨੇ ਉਹਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਗਿਆ ਇਸ ਕੇਂਦਰੀ ਟੀਮ ਦੇ ਵੱਲੋਂ। ਇਹਦੇ ਵਿੱਚ ਉਹਨਾਂ ਨੂੰ 24 ਘੰਟੇ ਦਿੱਤੇ ਗਏ ਆ ਕਿ 24 ਘੰਟਿਆਂ ਦੇ ਵਿੱਚ ਉਹ ਕਾਰਨ ਦੱਸੋ ਨੋਟਿਸ ਦਾ ਜਵਾਬ ਦੇਣ। ਕਾਰਨ ਦੱਸੋ ਨੋਟਿਸ ਦੇ ਵਿੱਚ ਕੀ ਲਿਖਿਆ ਹੋਇਆ ਅਜੇ ਨਹੀਂ ਕੁਛ ਵੀ ਇਸ ਮਾਮਲੇ ਦੇ ਉੱਤੇ ਪਤਾ। ਜਿਹੜੀ ਦਿੱਲੀ ਤੋਂ ਆਈ ਹੋਈ ਟੀਮ ਹੈ ਇਹਦੇ ਵਿੱਚ ਕੇਂਦਰੀ ਇਸ ਟੀਮ ਦੇ ਵਿੱਚ ਇੰਟੈਲੀਜੈਂਸ ਬਿਊਰੋ IB ਦੇ ਜੁਆਇੰਟ ਡਾਇਰੈਕਟਰ ਬਲਬੀਰ ਸਿੰਘ, ਸਿਕਿਉਰਿਟੀ ਸਚਿਵ ਸੁਧੀਰ ਕੁਮਾਰ ਸਕਸੈਨਾ, SPG ਦੇ IG ਸੁਰੇਸ਼ ਐਸ ਸੁਰੇਸ਼ ਸ਼ਾਮਲ ਨੇ। ਉਧਰ ਅੱਜ ਜਿਹੜੀ ਇੱਕ ਤਾਂ ਮੈਂ ਉਹਦੀ ਪਰਚੇ ਦੀ ਗੱਲ ਵੀ ਕਰਦਾ, ਪਰਚਾ ਇੱਕ ਅੱਜ ਜਿਹੜਾ ਰਜਿਸਟਰਡ ਕੀਤਾ ਗਿਆ ਇਹ 150 ਅਣਪਛਾਤੇ ਲੋਕਾਂ ਦੇ ਖਿਲਾਫ ਦਰਜ ਕੀਤਾ ਗਿਆ। ਇਹਦੇ ਵਿੱਚ ਕਿਸੇ ਦਾ ਨਾਮ ਨੀਗਾ। ਇਹ ਥਾਣਾ ਕੁਲਗੜੀ ਪੈਂਦਾ, ਉੱਥੇ ਇਹ ਮਾਮਲਾ ਦਰਜ ਕੀਤਾ ਗਿਆ, ਔਰ ਫਲਾਈਓਵਰ ਦੇ ਉੱਤੇ ਜਾਮ ਕਰਨ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਇਹਦੇ ਵਿੱਚ ਦੋਸ਼ੀ ਬਣਾਇਆ ਗਿਆ। ਹੁਣ ਸਵਾਲ ਇਹ ਆ ਕਿ ਕੌਣ ਲੋਕ ਹੋਣਗੇ। ਨੈਸ਼ਨਲ ਮੀਡੀਆ ਨੇ ਕੀ ਕੀਤਾ ਕਿ ਇਸ ਮਾਮਲੇ ਦੇ ਉੱਤੇ ਇੱਕ ਸਾਈਡ ਦੇ ਐਂਗਲ ਤੋਂ ਵੀਡੀਓਜ਼ ਦਿਖਾਈਆਂ ਕਿ ਆਹ ਦੇਖੋ ਜੀ ਇਹ ਲੋਕ ਨੇ ਜਿਹੜੇ ਕਿ ਉੱਥੇ ਜਾਮ ਕਰਕੇ ਬੈਠੇ ਆ, ਇਹ ਵੀ ਦਿਖਾ ਦਿੱਤਾ ਕਿ ਆਹ ਦੇਖੋ ਇਹ ਲੋਕ ਕਾਫਲੇ ਨੂੰ ਘੇਰੀ ਬੈਠੇ ਆ ਪ੍ਰਧਾਨ ਮੰਤਰੀ ਹੋਰਾਂ ਦੇ, ਅਤੇ ਪ੍ਰਧਾਨ ਮੰਤਰੀ ਹੋਰਾਂ ਦੀ ਕਾਰ ਦੇ ਬਿਲਕੁਲ ਕੋਲ ਆ,
ਜਿਹੜੇ ਕਿ ਸੁਰੱਖਿਆ ਦੇ ਵਾਸਤੇ ਖਤਰਾ ਹੋ ਸਕਦੇ ਸੀਗੇ, ਇਹ ਸਾਈਡ ਦੇ ਐਂਗਲ ਤੋਂ ਬਣਾਈ ਸੀ। ਇਹਦੇ ਸੰਬੰਧੀ ਇੱਕ ਵੀਡੀਓ ਆ ਗਈ, ਮੈਂ ਸਵੇਰੇ ਜਿਹੜੀ ਟਵੀਟ ਕੀਤੀ ਸੀਗੀ ਉਹ ਵੀਡੀਓ, ਉਹ ਤੁਸੀਂ ਕਾਈਂਡਲੀ ਦੇਖਣਾ ਵੀਡੀਓ। ਉਹ ਵੀਡੀਓ ਬਿਲਕੁਲ ਕਲੋਜ਼ ਜਿੱਥੇ ਇਹ ਬੰਦੇ ਆਏ ਉਸ ਜਗ੍ਹਾ ਦੀ ਵੀਡੀਓ। ਇਹਦੇ ਵਿੱਚ ਕੋਈ ਪ੍ਰਦਰਸ਼ਨਕਾਰੀ ਨਹੀਂ ਗਾ, ਇਹਦੇ ਵਿੱਚ ਕੋਈ ਕਿਸਾਨ ਨਹੀਂ ਗਾ, ਇਹ ਭਾਰਤੀ ਜਨਤਾ ਪਾਰਟੀ ਦੇ ਵਰਕਰ ਨੇ, ਭਾਰਤੀ ਜਨਤਾ ਪਾਰਟੀ ਜਿਹੜੇ ਜੈ ਜੈਕਾਰ ਦੇ ਨਾਰੇ ਲਾ ਰਹੇ ਸੀ ਉੱਥੇ, ਉਹ ਵਾਲੀ ਵੀਡੀਓ ਜੀ। ਐਗਜੈਕਟਲੀ ਇਹੀ ਵੀਡੀਓ ਇੱਥੇ ਨੈਸ਼ਨਲ ਚੈਨਲਸ ਦੇ ਉੱਤੇ ਇੱਕ ਵੱਖਰੇ ਐਂਗਲ ਤੋਂ ਦਿਖਾਈ ਗਈ ਸੀ। ਉਹ ਬਣਾਈ ਸੀਗੀ ਜੀ ਕੁਛ ਬਿਨਾਂ ਕਿਸੇ ਚੱਕ ਦੇ ਕਿਸਾਨਾਂ ਦੇ, ਉਹਦੇ ਵਿੱਚ ਇੱਕ ਬੰਦਾ ਬੋਲਦਾ, ਹਾਲਾਂਕਿ ਉਹਦੇ ਵਿੱਚ ਇਹਨਾਂ ਨੇ ਬੋਲਦਾ ਕੋਈ ਨਹੀਂ ਦਿਖਾਇਆ ਸੀ, ਉਹਨੂੰ ਮਿਊਟ ਕਰ ਦਿੱਤਾ ਸੀਗਾ। ਉਹਦੇ ਵਿੱਚ ਬੰਦਾ ਇਹ ਗੱਲ ਕਹਿੰਦਾ ਵੀ ਉਹ ਦੇਖੋ ਪ੍ਰਧਾਨ ਮੰਤਰੀ ਦੀ ਗੱਡੀ ਮੁੜ ਗਈ, ਪ੍ਰਧਾਨ ਮੰਤਰੀ ਦੀ ਗੱਡੀ ਮੁੜ ਗਈ। ਇਹ ਮੁਜ਼ਾਹਰਾ ਜਿਹੜੇ ਉੱਥੇ ਸੀਗੇ ਲੋਕ, ਉਹ ਕਹਿੰਦੇ ਸੀਗੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਵੀਡੀਓ ਬਣਾਉਣ ਵਾਲਾ ਜਿਹੜਾ ਬੰਦਾ ਉਹ ਇੱਕ ਦੋ ਵਾਰੀ ਕਹਿੰਦਾ ਮੁਰਦਾਬਾਦ, ਹਾਲਾਂਕਿ ਉਹ ਬਹੁਤ ਦੂਰ ਖੜਾ। ਉਹ ਐਂਗਲ ਇਹਨਾਂ ਨੇ ਨੈਸ਼ਨਲ ਮੀਡੀਏ ਨੇ ਸਾਰਾ ਦਿਖਾਇਆ। ਹੁਣ ਜਦੋਂ ਉਹ ਵੀਡੀਓ ਦਾ ਰੀਅਲ ਵਰਜਨ ਆ ਗਿਆ, ਉਹਦੇ ਵਿੱਚ ਉਹ ਤਾਂ ਸਾਰੇ ਦੇ ਸਾਰੇ ਭਾਜਪਾ ਹੀ ਵਰਕਰ ਨੇ, ਭਾਰਤੀ ਜਨਤਾ ਪਾਰਟੀ ਦਾ ਝੰਡਾ ਉਹਨਾਂ ਨੇ ਚੁੱਕਿਆ ਹੋਇਆ, ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਜਿੰਦਾਬਾਦ ਦੇ ਨਾਰੇ ਲਾ ਰਹੇ ਆ। ਇਹਦੇ ਵਿੱਚ ਸਵਾਲ ਇਹ ਉੱਠਦਾ, ਐਸ ਪੀ ਜੀ ਜਿਹੜੀ ਕਿ ਇਹ ਕਿਹਾ ਜਾਂਦਾ ਕਿ ਚਿੜੀ ਨੀ ਫਟਕਦੀ ਉਹਨਾਂ ਦੇ ਸਾਹਮਣੇ, ਉਹ ਇੰਨੀ ਨੇੜੇ ਤੋਂ ਨਾਰੇ ਲਾ ਰਹੇ ਆ ਤੇ ਉਹ ਰਿਐਕਟ ਕਿਉਂ ਨੀ ਕਰ ਰਹੇ, ਚਾਹੇ ਉਹ ਹੱਕ ਦੇ ਵਿੱਚ ਨਾਰੇ ਮਾਰਨ ਵਾਲੇ ਹੀ ਕਿਉਂ ਨਾ ਹੋਣ, ਕਿਉਂਕਿ ਇੱਥੇ ਨੈਸ਼ਨਲ ਮੀਡੀਆ ਦੇ ਉੱਤੇ ਰੌਲਾ ਇਹ ਪਾਇਆ ਜਾ ਰਿਹਾ। ਸੋਰੀ ਮੈਂ ਥੋੜਾ ਜਿਹਾ ਵਿਸਥਾਰ ਦੇ ਵਿੱਚ ਜਾਣਾ ਚਾਹੂੰਗਾ, ਚਾਹੇ ਕੋਈ ਹੋਰ ਖਬਰ ਰਹਿ ਗਈ। ਨਹੀਂ ਨਹੀਂ ਜ਼ਰੂਰੀ ਹੈ ਜੀ ਵਿਸਥਾਰ ਪੈਣੋ ਸਾਹਿਬ, ਕੋਈ ਗੱਲ ਨਹੀਂ। ਜਦੋਂ ਵਿਜੇ ਦੀ ਇਹ ਇੱਥੇ ਇਹ ਰੌਲਾ ਪਾਇਆ ਜਾ ਰਿਹਾ ਕਿ ਉਹਨਾਂ ਦੀ ਜਾਨ ਨੂੰ ਖਤਰਾ ਸੀ, ਅੱਜ ਉਹਨੂੰ ਲੈ ਕੇ ਬਹੁਤ ਸਾਰੇ ਜਗ੍ਹਾ ਦੇ ਉੱਤੇ ਯੱਗ ਹੋ ਰਿਹਾ, ਹਵਨ ਹੋ ਰਹੇ ਆ, ਮੰਤਰਾਂ ਦਾ ਜਾਪ ਕੀਤਾ ਜਾ ਰਿਹਾ। ਜੇ ਜਾਨ ਨੂੰ ਖਤਰਾ ਸੀ ਤੇ ਬੇਸ਼ੱਕ ਉਹ ਜਿੰਦਾਬਾਦ ਦਾ ਨਾਰਾ ਲਾਉਣ ਵਾਲੇ ਸਨ, ਤੇ ਐਸ ਪੀ ਜੀ ਜਿਹੜੀ ਆ ਉਹਨੇ ਇਹਨਾਂ ਦੇ ਉੱਤੇ ਤੁਰੰਤ ਰਿਐਕਟ ਕਿਉਂ ਨਹੀਂ ਕੀਤਾ, ਉਹਨਾਂ ਨੂੰ ਲਾਂਭੇ ਕਿਉਂ ਨਹੀਂ ਕੀਤਾ, ਉਹ ਕਾਰ ਦੇ ਬਿਲਕੁਲ ਨਜ਼ਦੀਕ ਆ ਗਏ। ਜਿਹੜੀ ਫੋਟੋ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਪ੍ਰਧਾਨ ਮੰਤਰੀ ਕਾਰ ਦੇ ਵਿੱਚ ਬੈਠੇ ਆ, ਜਿਹੜੀ ਜ਼ੂਮ ਕਰਕੇ ਵੀ ਵਿਖਾਈ ਜਾ ਰਹੀ ਆ, ਦੇਖੋ ਜੇ ਮੇਰੇ ਵਰਗੇ ਕਿਸੇ ਕੱਚ ਘੜਨ ਨੇ ਫੋਟੋ ਖਿੱਚੀ ਹੋਵੇ ਤੇ ਉਹ ਇਹੋ ਜਿਹੇ ਫਰੇਮ ਚ ਨਹੀਂ ਹੁੰਦੀ ਜਿੰਨੀ ਉਹ ਫਰੇਮ ਚ ਫੋਟੋ ਆ। ਇਟ ਮੀਨਸ ਕਿ ਉਹ ਫੋਟੋ ਪ੍ਰੋਫੈਸ਼ਨਲ ਬੰਦੇ ਨੇ ਖਿੱਚੀ ਆ। ਉਹ ਫੋਟੋ ਕਿਹਨੇ ਖਿੱਚੀ ਆ? ਪ੍ਰਧਾਨ ਮੰਤਰੀ ਹੋਰਾਂ ਦੇ ਨਾਲ ਕੋਈ ਫੋਟੋਗ੍ਰਾਫਰ ਸੀਗਾ ਜਿਹਨੇ ਤੁਰੰਤ ਫੋਟੋ ਖਿੱਚੀ ਤੇ ਉਹਨੂੰ ਵਾਇਰਲ ਕਰ ਦਿੱਤਾ। ਇਹ ਉਹ ਫੋਟੋ ਸੀਗੀ। ਔਰ ਜੇ ਪੰਜਾਬ ਸਰਕਾਰ ਨੇ 150 ਲੋਕਾਂ ਦੇ ਖਿਲਾਫ, ਅਣਪਛਾਤਿਆਂ ਦੇ ਖਿਲਾਫ ਇਹ ਪਰਚਾ ਦਰਜ ਕੀਤਾ, ਦੋ ਵਿਅਕਤੀ, ਇੱਕ ਵਿਅਕਤੀ ਦੀ ਵੀਡੀਓ ਜਿਹੜੀ ਕੱਲ੍ਹ ਵਾਇਰਲ ਹੋਈ ਜਿਹਦੇ ਵਿੱਚ ਉਹ ਆਪਣੇ ਆਪ ਨੂੰ ਦੱਸਦਾ ਕਿ ਮੈਂ ਭਾਰਤੀ ਜਨਤਾ ਪਾਰਟੀ ਦਾ ਅਹੁਦੇਦਾਰ ਹਾਂ ਪੰਜਾਬ ਦਾ, ਤੇ ਆਹ ਵੇਖੋ ਪ੍ਰਧਾਨ ਮੰਤਰੀ ਦੀ ਕਾਰ ਮੇਰੇ ਬਿਲਕੁਲ ਨਾਲ ਲੰਘ ਰਹੀ ਆ ਜਿੱਥੋਂ ਉਹ ਯੂ ਟਰਨ ਮਾਰ ਰਹੇ ਆ। ਉਹ ਇਹ ਗੱਲ ਕਹਿੰਦਾ ਕਿ ਸਿਕਿਉਰਿਟੀ ਦੇ ਵਿੱਚ ਇਹ ਬਹੁਤ ਵੱਡਾ ਲੈਪਸ ਹੈ, ਇਸ ਕਰਕੇ ਇੱਥੇ ਕਾਰਵਾਈ ਹੋਣੀ ਚਾਹੀਦੀ। ਉਹ ਬੰਦਾ ਉੱਥੇ ਤੱਕ ਕਿਵੇਂ ਪਹੁੰਚ ਗਿਆ? ਇਹ ਲੋਕ ਜਿਹੜੇ ਨਾਰੇ ਮਾਰ ਰਹੇ ਆ ਝੰਡਾ ਲੈ ਕੇ, ਇਹ ਉੱਥੋਂ ਤੱਕ ਕਿਵੇਂ ਪਹੁੰਚ ਗਏ ਤੇ ਐਸ ਪੀ ਜੀ ਨੇ ਇਹਨਾਂ ਨੂੰ ਦੂਰ ਕਿਉਂ ਨਾ ਕੀਤਾ? ਇਹ ਵੱਡੇ ਸਵਾਲ ਨੇ। ਜਿਹੜੀ ਚੀਜ਼ ਨੂੰ ਆਧਾਰ ਬਣਾਇਆ ਗਿਆ ਕਿ ਮੁੱਖ ਮੰਤਰੀ ਨੂੰ ਕਹਿ ਦਿਓ ਕਿ ਮੈਂ, ਮੇਰੀ ਜਾਨ ਬਚ ਗਈ ਤੇ ਮੈਂ ਜਿਉਂਦਾ ਵਾਪਸ ਜਾ ਰਿਹਾ ਦਿੱਲੀ ਨੂੰ, ਬਠਿੰਡਾ ਮੈਂ ਏਅਰਪੋਰਟ ਤੇ ਪਹੁੰਚ ਗਿਆ, ਉਹ ਕਿਹੜਾ ਆਫਿਸਰ ਸੀ ਪੰਜਾਬ ਦਾ ਜਿਹਨੂੰ ਪ੍ਰਧਾਨ ਮੰਤਰੀ ਹੋਰਾਂ ਨੇ ਆਖਿਆ? ਕਿਉਂਕਿ ਪੰਜਾਬ ਦੇ ਅਫਸਰ ਨੂੰ ਆਖਿਆ ਨਾ, ਜੇ ਆਪਾਂ ਉਸ ਨਿਊਜ਼ ਏਜੰਸੀ ਦੀ ਮੰਨੀਏ, ਉਹ ਕਿਹੜਾ ਆਫਿਸਰ ਸੀ? ਜੇ ਪੰਜਾਬ ਸਰਕਾਰ ਨੇ ਹੁਣ 22 ਨੇਮ ਪਰਚਾ ਦਰਜ ਕਰਨਾ, ਬੰਦਿਆਂ ਦੇ ਫੇਸ ਬਿਲਕੁਲ ਕਲੀਅਰ ਦਿਸ ਰਹੇ ਆ ਜਿਹੜੇ ਜਿੰਦਾਬਾਦ ਕਰ ਰਹੇ ਸੀ ਸੋਰੀ, ਇਹ ਉਹਨਾਂ ਬੰਦਿਆਂ ਨੂੰ ਆਇਡੈਂਟੀਫਾਈ ਕੀਤਾ ਜਾ ਸਕਦਾ, ਜਿਹੜਾ ਬੰਦਾ ਵੀਡੀਓ ਬਣਾ ਰਿਹਾ ਸੀਗਾ ਉਹਨੂੰ ਆਇਡੈਂਟੀਫਾਈ ਕੀਤਾ ਜਾ ਸਕਦਾ, ਬਹੁਤ ਕਲੀਅਰ ਉਹਨਾਂ ਦੇ ਫੇਸ ਦਿਸ ਰਹੇ ਆ। ਉਹਨਾਂ ਲੋਕਾਂ ਦੇ ਉੱਤੇ ਪਰਚਾ ਦਰਜ ਕੀਤਾ ਜਾਵੇ, ਉਹ ਪ੍ਰਧਾਨ ਮੰਤਰੀ ਦੀ ਗੱਡੀ ਤੱਕ ਇੰਨਾ ਨੇੜੇ ਕਿਵੇਂ ਪਹੁੰਚ ਗਏ, ਉਹ ਕਿਹੜੇ ਅਫਸਰ ਸੀ ਜਿਹਨੂੰ ਪ੍ਰਧਾਨ ਮੰਤਰੀ ਹੋਰਾਂ ਨੇ ਇਹ ਗੱਲ ਆਖੀ ਕਿ ਆਪਣੇ ਮੁੱਖ ਮੰਤਰੀ ਦਾ ਸ਼ੁਕਰੀਆ ਅਦਾ ਕਰ ਦਿਓ? ਉਹ ਤਾਂ ਪੰਜਾਬ ਦੇ ਅਫਸਰ ਸਨ ਨਾ, ਉਹ ਦੱਸ ਸਕਦੇ ਆ। ਇਹਨਾਂ ਦੋ ਚੀਜ਼ਾਂ ਨੂੰ ਆਧਾਰ ਬਣਾਇਆ ਨਾ ਇੱਥੇ ਨੈਸ਼ਨਲ ਮੀਡੀਆ ਦੇ ਉੱਤੇ ਕਿ ਉੱਥੇ ਪ੍ਰਧਾਨ ਮੰਤਰੀ ਦੀ ਜਾਨ ਨੂੰ ਖਤਰਾ, ਜਾਂ ਇਹ ਕਿਹਾ ਗਿਆ ਕਿ ਉਹਨਾਂ ਦੇ ਵਾਸਤੇ ਜਿਵੇਂ ਅੱਜ ਇੱਥੇ
ਮੰਤਰ ਪੜ੍ਹੇ ਜਾ ਰਹੇ ਆ ਜੇ ਪ੍ਰਧਾਨ ਮੰਤਰੀ ਹੋਰਾਂ ਦੀ ਜਾਨ ਨੂੰ ਏਡਾ ਖਤਰਾ ਕੋਈ ਹਮਲਾ ਨਹੀਂ ਹੋਇਆ ਕੋਈ ਇੱਟ ਨਹੀਂ ਚੱਲੀ ਕੋਈ ਵੱਟਾ ਨਹੀਂ ਚੱਲਿਆ ਕੋਈ ਡੰਡਾ ਨਹੀਂ ਚੱਲਿਆ ਕੁਛ ਵੀ ਇੱਦਾਂ ਦਾ ਨਹੀਂ ਹੋਇਆ ਕਿਸੇ ਵੀ ਫਰੇਮ ਦੇ ਵਿੱਚ ਅਜੇ ਤੱਕ ਕਿਸਾਨ ਜਿਹੜੇ ਕਿ ਬਹੁਤ ਦੂਰ ਬੈਠੇ ਸੀ ਉਸ ਜਗ੍ਹਾ ਤੋਂ ਉਹਨਾਂ ਦੀ ਕਿਤੇ ਝਲਕ ਤੱਕ ਇਹਦੇ ਵਿੱਚ ਨਹੀਂ ਦਿਸਦੀ ਸਿੱਧਮ ਸਿੱਧਾ ਇਹ ਮਾਮਲਾ ਜਿਹੜਾ ਖਾਲੀ ਕੁਰਸੀਆਂ ਦੇ ਨਾਲ ਜੁੜਦਾ ਨਜ਼ਰ ਆ ਰਿਹਾ ਜਿਹੜੀ ਵੀਡੀਓ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਮੈਂ ਉਸੇ ਦਿਨ ਪਾਈ ਸੀਗੀ ਉਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਗੇ ਸ਼ੇਅਰ ਵੀ ਹੋਈ ਆ ਫੇਸਬੁੱਕ ਪੇਜ ਤੋਂ ਜੇ ਤੁਸੀਂ ਉਹ ਦੇਖਣੀ ਹੋਵੇ ਮੇਰੀ ਜਾਣਕਾਰੀ ਦੇ ਮੁਤਾਬਕ ਇਹ ਕੋਈ ਕਨਫਰਮ ਕਰ ਲਏ ਜਿਨ੍ਹਾਂ ਦੇ ਲਿੰਕ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਤੋਂ ਬਾਅਦ ਪ੍ਰਧਾਨ ਮੰਤਰੀ ਹੋਰਾਂ ਨੇ ਬੋਲਣਾ ਸੀ ਉਹਨਾਂ ਦਾ ਪ੍ਰੋਗਰਾਮ ਸਕੈਜੂਅਲ ਇਹ ਸੀਗਾ ਕਿ ਸਿੱਧਾ ਉਹ ਆਉਣਗੇ ਤੇ ਸਟੇਜ ਦੇ ਉੱਤੇ ਉਹਨਾਂ ਦਾ ਬੋਲਣ ਦਾ ਸਮਾਂ ਹੋਊਗਾ ਉਹਨਾਂ ਦੇ ਬੈਠਿਆਂ ਕੋਈ ਹੋਰ ਨਹੀਂ ਬੋਲੂਗਾ ਉਹ ਉੱਥੋਂ ਕਿਉਂ ਮੁੜ ਕੇ ਗਏ ਸਵਾ ਦੋ ਘੰਟੇ ਦਾ ਜਿਹੜਾ ਸਮਾਂ ਸੀਗਾ ਬਠਿੰਡੇ ਤੋਂ ਲੈ ਕੇ ਫਿਰੋਜ਼ਪੁਰ ਤੱਕ ਦਾ ਉਹਦੇ ਦੌਰਾਨ ਇੱਕ ਫਲਾਈਓਵਰ ਇੱਕ ਡਿਸਟ੍ਰਿਕਟ ਦੀ ਪੁਲਿਸ ਖਾਲੀ ਕਿਉਂ ਨਾ ਕਰਵਾ ਸਕੀ ਇਹ ਸਾਰੀਆਂ ਚੀਜ਼ਾਂ ਇੱਕ ਦੂਜੇ ਦੇ ਨਾਲ ਜੁੜਦੀਆਂ ਨੇ ਹੁਣ ਇਹਨਾਂ ਨੂੰ ਦੁਬਾਰਾ ਫਿਰ ਉਹਨਾਂ ਸਾਰੀਆਂ ਵੀਡੀਓਜ਼ ਨੂੰ ਦੇਖਣਾ ਤੇ ਕਹਾਣੀ ਤੁਹਾਨੂੰ ਲਗਭਗ ਸਮਝ ਆਉਣ ਦੇ ਨੇੜੇ ਤੇੜੇ ਆਜੂਗੀ ਜੀ ਅੱਛਾ ਪੰਨੂ ਸਾਹਿਬ ਇਹ ਗੱਲ ਦੱਸਿਓ ਹੁਣ ਕੋਵਿਡ 19 ਦੇ ਮਾਮਲੇ ਬੜੀ ਤੇਜ਼ੀ ਨਾਲ ਸਾਰੇ ਪਾਸੇ ਵੱਧਦੇ ਪਏ ਨੇ ਅਤੇ ਅੰਮ੍ਰਿਤਸਰ ਦੇ ਵਿੱਚ ਕੋਈ ਹੋਰ ਇੱਕ ਫਲਾਈਟ ਆਈ ਹੈ ਜੀ ਜਿੱਥੇ ਕਾਫੀ ਵੱਡੀ ਗਿਣਤੀ 'ਚ ਕੋਵਿਡ ਦੇ ਪੋਜ਼ਿਟਿਵ ਕੇਸਿਸ ਆਏ ਨੇ ਦੇਖੋ ਵੈਸੇ ਤਾਂ ਇਹ ਹੋ ਗਿਆ ਕਿ ਜਦੋਂ ਆਪਾਂ ਗੱਲ ਕਰ ਰਹੇ ਹਾਂ ਉਦੋਂ ਮਾਮਲਾ ਇੱਕ ਹੋਰ ਨਵਾਂ ਸਾਹਮਣੇ ਇਹ ਆ ਗਿਆ ਕਿ ਜਿਹੜੀ ਇੱਥੇ ਲੈਬ ਪ੍ਰਾਈਵੇਟ ਹੈ ਜਿਹਨੂੰ ਠੇਕਾ ਦਿੱਤਾ ਅੰਮ੍ਰਿਤਸਰ ਦੇ ਉੱਤੇ ਟੈਸਟ ਕਰਨ ਦਾ ਹਾਂਜੀ ਉਹਦੀ ਇਨਵੈਸਟੀਗੇਸ਼ਨ ਸਟਾਰਟ ਹੋ ਗਈ ਹੈ ਓ ਤੋ ਉਹਦੇ ਵਿੱਚ ਕੋਈ ਨਾ ਕੋਈ ਸ਼ੱਕੀ ਜਿਹੜਾ ਦੀ ਉਹ ਕਹਾਣੀ ਲੱਗਦੀ ਹੈ ਅੰਮ੍ਰਿਤਸਰ ਏਅਰਪੋਰਟ ਦੇ ਉੱਤੇ ਅੱਜ ਵਿਦੇਸ਼ ਚੋਂ ਆਈਆਂ ਦੋ ਚਾਰਟਰਡ ਫਲਾਈਟ ਜਿਹੜੀਆਂ ਸੀ ਉਹਦੇ ਵਿੱਚੋਂ 173 ਲੋਕ ਪੋਜ਼ਿਟਿਵ ਮਿਲੇ ਆ ਔਰ ਇਹ ਕਿਹਾ ਗਿਆ ਕਿ 276 ਦੇ ਕਰੀਬ ਇਹ ਪੈਸੰਜਰ ਸੀਗੇ ਟੋਟਲ ਦੋਨਾਂ ਚਾਰਟਰਡ ਫਲਾਈਟ ਦੇ ਉੱਤੇ ਇਹਨਾਂ ਦਾ ਰੈਪਿਡ ਐਂਟੀਜਨ ਜਿਹੜਾ ਟੈਸਟ ਸੀਗਾ ਉਹ ਕੀਤਾ ਗਿਆ 173 ਦੀ ਰਿਪੋਰਟ ਪੋਜ਼ਿਟਿਵ ਮਿਲੀ ਰੌਲਾ ਫੇਰ ਪੈ ਗਿਆ ਕੱਲ੍ਹ ਵੀ ਪਿਆ 103 ਦੀ ਅਜੇ ਰਿਪੋਰਟ ਆਉਣੀ ਬਾਕੀ ਆ ਇਹ ਕਿਹਾ ਗਿਆ ਕਿ ਇਹ ਜਿਹੜੀ ਇੱਥੇ ਜਿਹਨੂੰ ਲੈਬ ਨੂੰ ਦਿੱਤਾ ਗਿਆ ਠੇਕਾ ਇਹ ਪ੍ਰਾਈਵੇਟ ਲੈਬ ਹੈ ਉਹਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਵੀ ਇੰਨੇ ਜਿਹੜੇ ਮਾਮਲੇ ਨੇ ਉਹ ਪੋਜ਼ਿਟਿਵ ਕਿਉਂ ਆ ਰਹੇ ਆ ਕੱਲ੍ਹ ਜਦੋਂ ਇੰਨੇ ਪੋਜ਼ਿਟਿਵ ਆਏ ਸੀਗੇ ਤਾਂ ਉਦੋਂ ਰੌਲਾ ਪਾਇਆ ਸੀਗਾ ਪੈਸੰਜਰਸ ਨੇ ਵੀ ਸਾਥੋਂ ਪੈਸੇ ਮੰਗੇ ਜਾ ਰਹੇ ਆ ਨੈਗੇਟਿਵ ਕੱਢਣ ਦੇ ਵਾਸਤੇ ਜੇ ਇਹ ਹੋ ਰਿਹਾ ਤੇ ਇਹ ਬਹੁਤ ਮਾੜੀ ਗੱਲ ਹੋ ਰਹੀ ਆ ਕਿਉਂਕਿ ਲੋਕ ਤਾਂ ਪਹਿਲਾਂ ਹੀ ਡਰੇ ਪਏ ਆ ਡਰਾ ਕੇ ਲੋਕਾਂ ਤੋਂ ਪੈਸੇ ਕਢਾਉਣੇ ਔਰ ਖਾਸ ਤੌਰ ਦੇ ਉੱਤੇ ਇੱਕੋ ਏਅਰਪੋਰਟ ਦੇ ਉੱਤੇ ਕਢਾਉਣੇ ਇੰਨੇ ਤਾਂ ਕੇਸ ਦਿੱਲੀ ਨਹੀਂ ਆ ਰਹੇ ਦਿੱਲੀ ਇੰਨਾ ਰੁੱਝਿਆ ਹੋਇਆ ਏਅਰਪੋਰਟ ਹੈ ਇਹਦਾ ਇਹ ਵੀ ਤਾਂ ਨਹੀਂ ਕਿਤੇ ਵੀ ਅੰਮ੍ਰਿਤਸਰ ਏਅਰਪੋਰਟ ਦੇ ਉੱਤੇ ਆਉਣ ਤੋਂ ਰੋਕ ਲੋਕਾਂ ਨੂੰ ਰੋਕਿਆ ਜਾਵੇ ਸ਼ੱਕ ਤਾਂ ਪੈਦਾ ਹੁੰਦਾ ਨਾ ਇਸ ਚੀਜ਼ ਦਾ ਜੀ ਕਿਤੇ ਨਾ ਕਿਤੇ ਕਿ ਕਿਤੇ ਇਹੋ ਜਿਹੀ ਕਹਾਣੀ ਤਾਂ ਨਹੀਂ ਜਿਹੜੀ ਚੱਲ ਰਹੀ ਹਾਂ ਇੰਨਾ ਜ਼ਰੂਰ ਹੈ ਕਿ ਜਿਹੜੇ ਕੇਸ ਨੇ ਕੋਰੋਨਾ ਦੇ ਤੁਸੀਂ ਏਅਰਪੋਰਟ ਨੂੰ ਸਾਈਡ 'ਤੇ ਕਰ ਦਿਓ ਤਾਂ ਏਅਰਪੋਰਟ ਦੇ ਜਿਹੜੇ ਟੋਟਲ ਨੇ ਭਾਰਤ ਦੇ ਵਿੱਚ ਕੋਰੋਨਾ ਦੇ ਮਾਮਲੇ 1,00,000 ਨੂੰ ਪਾਰ ਕਰ ਗਏ ਅੱਜ ਇੱਕ ਦਿਨ ਦੇ ਵਿੱਚ 24 ਘੰਟਿਆਂ ਦੇ ਵਿੱਚ 1,17,094 ਨਵੇਂ ਮਾਮਲੇ ਦਰਜ ਕੀਤੇ ਗਏ ਆ 302 ਲੋਕਾਂ ਦੀ ਮੌਤ ਜਿਹੜੀ ਆ ਉਹ ਪਿਛਲੇ 24 ਘੰਟਿਆਂ ਦੇ ਵਿੱਚ ਹੋਈ ਆ ਐਕਟਿਵ ਕੇਸਾਂ ਦੀ ਗਿਣਤੀ 86,040 ਹੋ ਗਈ ਆ 31 ਦਸੰਬਰ ਨੂੰ ਦੇਸ਼ ਦੇ ਵਿੱਚ 22,775 ਕੇਸ ਕਰੋਨਾ ਦੇ ਨਵੇਂ ਆਏ ਸੀਗੇ ਜਿਹੋ ਜਿਹੇ ਹਾਲਾਤ ਆਪਾਂ ਕਰੋਨਾ ਦੇ ਦੌਰਾਨ ਵੇਖੇ ਸੀਗੇ ਉਹੋ ਜਿਹੇ ਹਾਲਾਤ ਤੀਜੀ ਲਹਿਰ ਦੇ ਰਫ਼ਤਾਰ ਫੜਨ ਦੇ ਨਾਲ ਮੁੰਬਈ ਦੇ ਵਿੱਚ ਫਿਰ ਪੈਦਾ ਹੋਣੇ ਸ਼ੁਰੂ ਹੋ ਗਏ ਆ 20,000 ਤੋਂ ਜ਼ਿਆਦਾ ਕੇਸ ਸਾਹਮਣੇ ਆਉਣ ਤੋਂ ਬਾਅਦ ਲੋਕ ਡਰ ਦੇ ਮਾਰੇ ਇੱਥੋਂ ਫਿਰ ਪਲਾਇਨ ਕਰਨ ਲੱਗੇ ਆ ਲੋਕਡਾਊਨ ਦਾ ਡਰ ਲੋਕਾਂ ਨੂੰ ਮਜ਼ਦੂਰਾਂ ਨੂੰ ਖਾਸ ਤੌਰ ਦੇ ਉੱਤੇ ਸਤਾਉਣ ਲੱਗ ਪਿਆ ਵੱਡੀ ਗਿਣਤੀ ਦੇ ਵਿੱਚ ਉਹ ਰੇਲਵੇ ਸਟੇਸ਼ਨਾਂ ਵੱਲ ਨੂੰ ਜਾ ਰਹੇ ਆ ਜਿਹੜੀਆਂ ਟ੍ਰੇਨਸ ਨੇ ਉਹ ਬਿਲਕੁਲ ਖਚਾ ਖਚ ਭਰੀਆਂ ਹੋਈਆਂ ਚੱਲਣ ਲੱਗੀਆਂ ਨੇ ਇੱਥੋਂ ਨੌਕਰੀ ਨਾ ਕਿਤੇ ਛੁੱਟ ਜੇ ਟ੍ਰੇਨਾਂ ਬੰਦ ਨਾ ਹੋ ਜਾਣ ਉਹਨਾਂ ਦੀ ਰੋਜ਼ੀ ਰੋਟੀ ਦਾ ਕੀ ਬਣੂਗਾ ਜਿਹਦੇ ਕਰਕੇ ਲੋਕ ਆਪਣੇ ਬੱਚਿਆਂ ਤੇ ਪਰਿਵਾਰਾਂ ਨੂੰ ਲੈ ਕੇ ਨਿਕਲ ਰਹੇ ਆ ਮੁੰਬਈ ਦੇ ਵਿੱਚੋਂ ਔਰ ਉਹਨਾਂ ਨੂੰ ਫਿਕਰ ਇਹ ਆ ਕਿ ਲੋਕਡਾਊਨ ਲੱਗਣ ਤੋਂ ਪਹਿਲਾਂ ਉਹ ਆਪਣੇ ਪਿੰਡਾਂ ਤੱਕ ਪਹੁੰਚ ਜਾਣ ਕਿਤੇ ਉਹ ਨਾ ਹੋਵੇ ਕਿ ਉਹਨਾਂ ਨੂੰ ਜਦੋਂ ਕਰੋਨਾ ਆਇਆ ਸੀਗਾ ਉਸ ਵੇਲੇ ਦੇ ਵਾਂਗੂ ਦੁਬਾਰਾ ਕਿਤੇ ਤੁਰ ਤੁਰ ਕੇ
अपने पिंडा तक ना पहुंचना पवे। एक डर ते दहशत दा माहौल जिहड़ा ओह लोकां दे विच वड्डे पद्धर दे उत्ते पैदा हो रहा है जी। एक ना पन्नू साहब हुण दुनिया दे सारे हिस्सों दे विच ही हो की रहा कि जिहड़े लोक असेंशियल सेवावां प्रदान करदे ने भावें ओह पुलिस सर्विस आ फायर फाइटरस ने या हुण जिहड़े सेहत अधिकारी ने उहनां दे विच वी हुण कोविड दे कई मामले पॉजिटिव आ रहे ने उहनां नूं वी छुट्टियां लैणियां पै रहियां ने मजबूरन। ਅਤੇ ਕਹਿੰਦੇ ਚੰਡੀਗੜ੍ਹ ਦੇ ਵਿੱਚ ਵੀ ਪੀ ਜੀ ਆਈ ਦੇ ਵਿੱਚ ਕਈ ਡਾਕਟਰ ਪੋਜ਼ੀਟਿਵ ਆਏ ਨੇ। ਸੋ ਹੁਣ ਖਤਰਾ ਇਹ ਬਣਦਾ ਜਾ ਰਿਹਾ ਕਿ ਇੱਕ ਪਾਸੇ ਤਾਂ ਲੋਕਾਂ ਦੀ ਸਿਹਤ ਸੇਵਾਵਾਂ ਦੇ ਉੱਪਰ ਨਿਰਭਰਤਾ ਆਲਰੇਡੀ ਵਧੀ ਹੋਈ ਆ, ਓਮੀਕਰੋਨ ਵੇਰੀਐਂਟ ਕਰਕੇ ਉਹਦੇ 'ਚ ਹੋਰ ਵਾਧਾ ਹੋਏਗਾ, ਦੂਜੇ ਪਾਸੇ ਜਿਹੜੀ ਦੋਹਰੀ ਮਾਰ ਪੈਣੀ ਆ ਇਹ ਨਾ ਹੋਵੇ ਕਿ ਉੱਧਰੋਂ ਜਿਹੜਾ ਹੈਲਥ ਕੇਅਰ ਸਟਾਫ ਹੈ ਉਹ ਵੀ ਇਸ ਕੋਵਿਡ ਦੇ ਪ੍ਰਕੋਪ ਕਰਕੇ ਉਹਨੂੰ ਛੁੱਟੀਆਂ ਲੈਣੀਆਂ ਪੈ ਜਾਣ। ਸੋ ਹਸਪਤਾਲਾਂ ਦੇ ਵਿੱਚ ਇਹ ਸਾਰੇ ਪਾਸੇ ਆਲ ਓਵਰ ਦਾ ਵਰਲਡ ਇਸ ਵੇਲੇ ਬਹੁਤ ਵੱਡਾ ਖਤਰਾ ਅਤੇ ਬਹੁਤ ਵੱਡੀ ਇੱਕ ਚਿੰਤਾ ਬਣੀ ਹੋਈ ਹੈ ਜੀ। ਕੋਈ ਸ਼ੱਕ ਨਹੀਂ ਜੀ, ਇੱਥੇ ਪੀ ਜੀ ਆਈ ਦੇ ਵਿੱਚ 87 ਡਾਕਟਰ ਅਤੇ ਜਿਹੜਾ ਬਾਕੀ ਅਮਲਾ ਹੈ ਜੀ 87 ਡਾਕਟਰਾਂ ਅਤੇ ਬਾਕੀ ਦੇ ਸਣੇ ਕੋਈ 197 ਲੋਕ ਪੋਜ਼ਿਟਿਵ ਪਾਏ ਗਏ ਜੀ। ਇਹ ਬਿਲਕੁਲ ਤੁਹਾਡੀ ਗੱਲ ਠੀਕ ਆ, ਇਹ ਸਮੱਸਿਆ ਜਿਹੜੀ ਉਹ ਖੜੀ ਹੋ ਰਹੀ ਆ। ਪਰ ਇਹਦਾ ਇੱਕ ਦੂਜਾ ਪੱਖ ਦੇਖੋ ਕਿ ਇੱਥੇ ਰਜਿੰਦਰਾ ਹੋਸਪਿਟਲ ਦੇ ਇੱਕ ਗੇਟ ਨੂੰ ਬੰਦ ਕੀਤਾ ਗਿਆ ਇਸ ਕਰਕੇ ਕਿ ਜਿਹੜੇ ਕਰੋਨਾ ਦੇ ਸਮੇਂ ਹਾਇਰ ਕੀਤੇ ਗਏ ਸੀਗੇ ਜਿਹਦੇ ਵਿੱਚ ਨਰਸਿੰਗ ਸਟਾਫ ਸੀਗਾ, ਜਿਹਦੇ ਵਿੱਚ ਲੈਬ ਟੈਕਨੀਸ਼ੀਅਨ ਸ਼ਾਮਿਲ ਸੀਗੇ, ਬਾਕੀ ਜਿਹੜਾ ਸਟਾਫ ਸੀਗਾ ਉਹਨਾਂ ਨੂੰ ਕੱਢ ਦਿੱਤਾ ਗਿਆ ਸੀਗਾ ਨੌਕਰੀ ਤੋਂ ਵੀ ਜਾਓ ਤੁਹਾਡੀ ਲੋੜ ਨਹੀਂ ਆ। ਉਹ ਹੜਤਾਲ ਦੇ ਉੱਤੇ ਬੈਠੇ ਨੇ ਲਗਾਤਾਰ ਕਈ ਹਫ਼ਤਿਆਂ ਤੋਂ, ਕੁਛ ਤਾਂ ਭੁੱਖ ਹੜਤਾਲ 'ਤੇ ਸੀਗੇ। 3 ਜਾਂ 4 ਦਿਨ ਪਹਿਲਾਂ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਹੋਰੀ ਆ ਕੇ ਉਹਨਾਂ ਦੀ ਭੁੱਖ ਹੜਤਾਲ ਸਮਾਪਤ ਵੀ ਕਰਵਾ ਕੇ ਗਏ ਸੀਗੇ, ਪਰ ਉਹ ਹੜਤਾਲ 'ਤੇ ਤਾਂ ਬੈਠੇ ਆ। ਹੁਣ ਸਵਾਲ ਇਹ ਆ ਕਿ ਜਿਸ ਕਿਸਮ ਦੇ ਨਾਲ, ਜਿਸ ਤਰੀਕੇ ਦੇ ਨਾਲ ਸਾਹਮਣੇ ਕੇਸ ਆ ਰਹੇ ਆ, ਜੇ ਸਰਕਾਰ ਨੂੰ ਮੁੜ ਕੇ ਫੇਰ ਲੋੜ ਪੈਂਦੀ ਆ ਇਸ ਮੈਡੀਕਲ ਸਟਾਫ ਦੀ ਤਾਂ ਉਹ ਕੀ ਕਰੂਗੀ? ਉਹ ਇਹਨਾਂ ਨੂੰ ਵਾਪਸ ਬੁਲਾਊਗੀ ਜਾਂ ਨਵੇਂ ਜਿਹੜੀ ਆ ਉਹ ਭਰਤੀ ਕਰੂਗੀ? ਸਰਕਾਰਾਂ ਇਸ ਮਸਲੇ ਦੇ ਉੱਤੇ ਅਵੇਸਲੀਆਂ ਬੈਠੀਆਂ ਨੇ। ਜਿਹੜੀਆਂ ਰਿਸਟ੍ਰਿਕਸ਼ਨਸ ਨੇ ਇੱਥੇ ਪੰਜਾਬ ਦੇ ਵਿੱਚ, ਜੇ ਆਪਾਂ ਗੱਲ ਕਰੀਏ ਤਾਂ ਲੋਕਾਂ ਦੇ ਉੱਤੇ ਤਾਂ ਰਿਸਟ੍ਰਿਕਸ਼ਨਸ ਲਾਈਆਂ ਜਾ ਰਹੀਆਂ ਨੇ। ਸਕੂਲ ਬੰਦ ਕਰ ਦਿਓ, ਕਾਲਜ ਬੰਦ ਕਰ ਦਿਓ, ਜਿਮ ਬੰਦ ਕਰ ਦਿਓ, ਉਹ ਕਰ ਦਿਓ, ਆਹ ਕਰ ਦਿਓ, ਰੈਲੀਆਂ ਉਸੇ ਤਰੀਕੇ ਦੇ ਨਾਲ ਜਾਰੀ ਨੇ। ਮੁੱਖ ਮੰਤਰੀ ਕਹਿੰਦੇ ਮੈਂ ਪ੍ਰਧਾਨ ਮੰਤਰੀ ਹੋਰਾਂ ਨੂੰ ਅਗਲ ਵਾਂਢੀ ਲੈਣ ਇਸ ਕਰਕੇ ਨਹੀਂ ਗਿਆ ਕਿਉਂਕਿ ਮੇਰੇ ਜਿਹੜੇ ਪ੍ਰਿੰਸੀਪਲ ਸੈਕਟਰੀ ਪੋਜ਼ਿਟਿਵ ਆਏ ਸੀਗੇ, ਮੇਰਾ ਜਾਣਾ ਉੱਥੇ ਬਣਦਾ ਨਹੀਂ ਸੀਗਾ, ਪਹਿਲਾਂ ਤਾਂ ਇਹ ਕਹਿ ਰਹੇ ਆ। ਤੇ ਸ਼ਾਮ ਨੂੰ ਉਹ ਪ੍ਰੈਸ ਕਾਨਫਰੰਸ ਕਰੀ ਜਾਂਦੇ ਆ ਆ ਕੇ, ਜਿਹੜੇ ਫਿਜ਼ੀਕਲੀ ਆ ਕੇ, ਤੇ ਉਹ ਤੋਂ ਅਗਲੇ ਦਿਨ 3 ਰੈਲੀਆਂ ਨੂੰ ਸੰਬੋਧਨ ਕੀਤਾ ਮੁੱਖ ਮੰਤਰੀ ਹੋਰਾਂ ਨੇ। ਜੇ ਉਹਨਾਂ ਦੇ ਪ੍ਰਿੰਸੀਪਲ ਸੈਕਟਰੀ ਪੋਜ਼ਿਟਿਵ ਆਏ ਆ ਤੇ 3 ਰੈਲੀਆਂ ਦੇ ਵਿੱਚ ਸੋਫੇ ਲਾ ਕੇ ਨਾਲ ਲੋਕਾਂ ਨੂੰ ਬਿਠਾਇਆ ਹੋਇਆ ਤੇ ਨਾਲ ਸੰਬੋਧਨ ਕਰੀ ਜਾਂਦੇ, ਇੱਕ ਸਿੰਗਲ ਬੰਦੇ ਨੇ ਵੀ ਮਾਸਕ ਨਹੀਂ ਪਾਇਆ ਹੋਇਆ ਸਟੇਜ ਦੇ ਉੱਤੇ, ਸਾਰੇ ਉਦਾਂ ਹੀ ਬੈਠੇ ਆ ਜੀ। ਫਿਰ ਲੋਕਾਂ ਦੇ ਵਾਸਤੇ ਸਿਰਫ ਰਿਸਟ੍ਰਿਕਸ਼ਨ ਨੇ ਜੀ, ਇਹ ਸਾਡੇ ਇੱਥੇ ਇਹ ਬੜੀ ਵੱਡੀ ਸਮੱਸਿਆ ਜਿਹੜੀ ਉਹ ਆ ਰਹੀ ਹੈ ਜੀ। ਜੀ ਪੰਨੂ ਸਾਹਿਬ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੇ ਇੱਕ ਵੀਡੀਓ ਮੀਟਿੰਗ ਸੀਗੀ, ਉਹਦੇ ਵਿੱਚ ਪ੍ਰਧਾਨ ਮੰਤਰੀ ਨੂੰ ਘੇਰਿਆ, ਕੀ ਕਿਹਾ ਜੀ ਮਮਤਾ ਬੈਨਰਜੀ ਨੇ? ਦੇਖੋ ਕੁਛ ਨਾ ਕੁਛ ਤਾਂ ਉਹ ਡਿਫਰੈਂਟ ਕਰਦੇ ਹੀ ਰਹਿੰਦੇ ਆ, ਇਹੀ ਉਹਨਾਂ ਦੀ ਐਕਚੁਲੀ ਪਹਿਚਾਣ ਵੀ ਹੈਗੀ ਆ ਜੀ। ਔਰ ਹੋਇਆ ਇਹ ਆ ਜੀ ਕਿ ਇੱਕ ਮੀਟਿੰਗ ਚੱਲ ਰਹੀ ਸੀਗੀ, ਵਰਚੁਅਲ ਮੀਟਿੰਗ ਸੀਗੀ, ਔਰ ਇਸ ਵਰਚੁਅਲ ਮੀਟਿੰਗ ਦੇ ਵਿੱਚ ਕੋਲਕਾਤਾ ਦੇ ਚਿਤਰੰਜਨ ਨੈਸ਼ਨਲ ਕੈਂਸਰ ਇੰਸਟੀਚਿਊਟ ਦੇ ਕੈਂਪਸ ਦਾ ਉਦਘਾਟਨ ਹੋਣਾ ਸੀਗਾ, ਉਹਦੇ ਉੱਤੇ ਵਰਚੁਅਲ ਸਪੀਚ ਸੀਗੀ। ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਹੋਰਾਂ ਵੀ ਨੇ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਾ ਸੀ, ਹੋਣਾ ਵਰਚੁਅਲ ਹੀ ਸੀਗਾ, ਤੇ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ। ਕਹਿੰਦੇ ਕਿ ਮੈਂ ਇਸ ਪ੍ਰੋਗਰਾਮ ਦੇ ਵਿੱਚ ਇਸ ਵਾਸਤੇ ਸ਼ਾਮਲ ਹੋਈ ਕਿਉਂਕਿ ਪ੍ਰਧਾਨ ਮੰਤਰੀ ਖੁਦ ਇਹਦਾ ਵਰਚੁਅਲੀ ਉਦਘਾਟਨ ਕਰ ਰਹੇ ਸੀਗੇ। ਤੇ ਅੱਗੇ ਉਹਨਾਂ ਨੇ ਕਿਹਾ ਕਿ ਜਿਹੜੇ ਪ੍ਰੋਗਰਾਮ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਆਪਣੀ ਇੰਨਾ ਇੰਟਰਸਟ ਦਿਖਾ ਰਹੇ ਆ, ਉਹਦੇ ਬਾਰੇ ਇਹ ਦੱਸਣਾ ਜ਼ਰੂਰੀ ਸੀਗਾ ਕਿ ਇਸ ਪ੍ਰੋਗਰਾਮ ਦੀ ਸ਼ੁਰੂਆਤ ਅਸੀਂ ਬਹੁਤ ਦੇਰ ਪਹਿਲਾਂ ਕਰਤੀ ਸੀਗੀ। ਉਹਨਾਂ ਨੇ ਇਹ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਇਹ ਜਾਣ ਕੇ ਖੁਸ਼ੀ ਹੋਊਗੀ ਕਿ ਅਸੀਂ ਇਸ ਪ੍ਰੋਗਰਾਮ ਦੇ ਵਿੱਚ 25% ਫੰਡਿੰਗ ਕਰ ਰਹੇ ਹਾਂ, ਕਈ ਖਰਚੇ ਚੁੱਕ ਰਹੇ ਹਾਂ ਅਤੇ ਰਾਜ ਸਰਕਾਰ 71% ਦਾ ਖਰਚਾ ਸਹਿਣ ਕਰ ਰਹੀ ਹੈ। ਅਸੀਂ ਇਸ ਕੈਂਪਸ ਨੂੰ ਬਣਾਉਣ ਦੇ ਵਾਸਤੇ  11 ਏਕੜ ਜ਼ਮੀਨ ਵੀ ਦਿੱਤੀ ਹੈ। ਉਹ ਕਹਿੰਦੇ ਇਹ ਉਦਘਾਟਨ ਛੱਡੋ, ਅਸੀਂ ਤਾਂ ਇਹ ਸਾਰਾ ਢਾਂਚਾ ਵਰਤ ਵੀ ਲਿਆ ਦੇਰ ਪਹਿਲਾਂ ਉਦਘਾਟਨ, ਇਹਦਾ ਕਰਕੇ ਤੁਸੀਂ ਇਹਦਾ ਅੱਜ ਵਰਚੁਅਲ ਉਦਘਾਟਨ ਕਰ ਰਹੇ ਹੋ ਜੀ। ਔਰ
ਇਹਦੇ ਨਾਲ ਇਹ ਹੋਇਆ ਕਿ ਜੇ ਤੁਸੀਂ ਉਹ ਵੀਡੀਓ ਦੇਖੋਗੇ ਤੇ ਸੋਸ਼ਲ ਮੀਡੀਆ ਦੇ ਉੱਤੇ ਤੁਹਾਨੂੰ ਲੱਭ ਜੂਗੀ, ਉਹਦੇ ਵਿੱਚ ਪ੍ਰਧਾਨ ਮੰਤਰੀ ਹੋਰੀ ਜਿਹੜਾ ਨੀ ਉਹ ਦੇਖਣ ਵਾਲੇ ਸੀਗੇ ਵੀ ਹੁਣ ਉਹ ਕਹਿਣ ਤੇ ਕੀ ਕਹਿਣ ਇਸ ਮਸਲੇ ਦੇ ਉੱਤੇ, ਕਿਉਂਕਿ ਜਿਹੜੀ ਮਮਤਾ ਬੈਨਰਜੀ ਆ ਉਹ ਕੋਈ ਮੌਕਾ ਨਹੀਂ ਹੱਥੋਂ ਜਾਣ ਦੇਣਾ ਚਾਹੁੰਦੀ ਹੁੰਦੀ ਕਿ ਇਹੋ ਜਿਹੇ ਮੌਕਿਆਂ ਦੇ ਉੱਤੇ ਜਦੋਂ ਪ੍ਰਧਾਨ ਮੰਤਰੀ ਨੂੰ ਨਾ ਘੇਰਿਆ ਜਾ ਸਕੇ, ਕਿਉਂਕਿ ਉਹ ਕਦੀ ਵੀ ਨਹੀਂ ਭੁੱਲਦੀ ਕਿ ਪਿਛਲੀਆਂ ਪੱਛਮੀ ਬੰਗਾਲ ਦੀਆਂ ਚੋਣਾਂ ਦੇ ਵਿੱਚ ਕਿਹੜੇ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਹੋਰੀ ਬੋਲਦੇ ਸੀ, ਦੀਦੀ ਉਹ ਦੀਦੀ, ਤੋਂ ਇਹ ਵੀ ਕਿਹਾ ਜਾਂਦਾ ਸੀਗਾ ਕਿ ਇਹ ਤਾਂ ਇੱਥੋਂ ਚਲੇ ਜਾਣਗੇ, ਇਹ ਤਾਂ ਇੱਥੋਂ ਸ਼ਿਫਟ ਕਰ ਜਾਣਗੇ, ਇਹਨਾਂ ਨੇ ਪੱਛਮੀ ਬੰਗਾਲ 'ਚ ਰਹਿਣਾ ਹੀ ਨਹੀਂ। ਉਹਨੇ ਇਹਦੀ ਭਿਣਕ ਨਹੀਂ ਪੈਣ ਦਿੱਤੀ ਕਿ ਇਸ ਤਰ੍ਹਾਂ ਦੀ ਕੋਈ ਉਹਨੇ ਗੱਲ ਕਰਨੀ ਆ। ਜਦੋਂ ਵਰਚੁਅਲ ਤੌਰ ਦੇ ਉੱਤੇ ਮੀਟਿੰਗ ਸਟਾਰਟ ਹੋਈ ਅਤੇ ਮੁੱਖ ਮੰਤਰੀ ਨੂੰ ਬੋਲਣ ਦਾ ਮੌਕਾ ਦਿੱਤਾ ਗਿਆ ਅਤੇ ਉਹਨੇ ਫਿਰ ਜਿਹੜਾ ਪਤਾ ਸੀ ਆਪਣਾ ਕੱਢ ਮਾਰਿਆ ਵੀ ਅੱਜ ਤੁਸੀਂ ਇਹਦਾ ਉਦਘਾਟਨ ਕਰ ਰਹੇ ਹੋ, ਇਹਦਾ ਉਦਘਾਟਨ ਛੱਡੋ, ਅਸੀਂ ਇੱਕ ਸਾਲ ਪਹਿਲਾਂ ਇਹਦਾ ਉਦਘਾਟਨ ਵੀ ਕਰ ਲਿਆ ਸੀਗਾ, ਇਹਦੇ ਵਿੱਚ ਸਾਡੀ ਇੰਨੀ ਰਾਜ ਦੀ ਇਨਵੈਸਟਮੈਂਟ ਹੈ ਅਤੇ ਅਸੀਂ ਇਹ ਇਹਨੂੰ ਵਰਤ ਰਹੇ ਹਾਂ ਇੱਕ ਸਾਲ ਤੋਂ, ਤੁਹਾਨੂੰ ਅੱਜ ਚੇਤਾ ਆਇਆ ਵੀ ਇਹਦਾ ਉਦਘਾਟਨ ਕਰਨਾ ਸੀਗਾ ਜੀ। ਅੱਛਾ ਪੰਨੂ ਸਾਹਿਬ, ਇਹ ਦੱਸਿਓ ਵੀ ਕਰੋਨਾ ਦੀ ਦਵਾਈ ਵੇਚਣ ਕਰਕੇ ਜਿਹੜੇ ਪੁਣੇ ਦੀ ਅਦਾਲਤ ਨੇ ਰਾਮਦੇਵ ਦੀ ਕੰਪਨੀ ਦੀ ਜਾਂਚ ਦੇ ਹੁਕਮ ਦੇ ਦਿੱਤੇ ਨੇ ਜੀ। ਬਿਲਕੁਲ ਜੀ, ਇਹ ਪੁਣੇ ਦੀ ਅਦਾਲਤ ਨੇ ਰਾਮਦੇਵ ਅਤੇ ਉਹਦਾ ਜਿਹੜਾ ਨਾਲ ਸਾਥੀ ਹੈ ਜੀ ਬਾਲਕ੍ਰਿਸ਼ਨ, ਉਹਦੇ ਖਿਲਾਫ਼ ਦਰਜ ਇੱਕ ਸ਼ਿਕਾਇਤ ਦੇ ਸੰਬੰਧ ਦੇ ਵਿੱਚ ਇਹਦੀ ਰਿਪੋਰਟ ਛੇਤੀ ਪੇਸ਼ ਕਰਨ ਨੂੰ ਕਿਹਾ। ਸ਼ਿਕਾਇਤ ਦੇ ਵਿੱਚ ਦੋਸ਼ ਇਹ ਲਾਇਆ ਗਿਆ ਕਿ ਝੂਠੇ ਦਾਅਵੇ ਕੀਤੇ ਗਏ ਸੀਗੇ ਕਿ ਪਤੰਜਲੀ ਜਿਹੜਾ ਇਹਨਾਂ ਦਾ ਹੈਗਾ ਜੀ ਜਿਹੜੀ ਬਣਾਉਂਦੀ ਦਵਾਈਆਂ, ਉਹਨੇ ਕੋਰੋਨਲ ਕੋਰੋਨਾ ਵਾਇਰਸ ਨੂੰ ਇਹ ਕਿਹਾ ਸੀਗਾ ਕਿ ਕੋਰੋਨਲ ਜਿਹੜੀ ਆ ਉਹ ਕੋਰੋਨਾ ਨੂੰ 100% ਠੀਕ ਕਰ ਦਿੰਦੀ ਹੈ। ਇਹ ਐਡਵੋਕੇਟ ਮਦਨ ਕੁਰੇ ਆ ਜਿਹਨੇ ਜੁਲਾਈ 2020 ਦੇ ਵਿੱਚ ਇਹ ਅਦਾਲਤ ਦੇ ਵਿੱਚ ਦਾਇਰ ਕੀਤੀ ਸੀਗੀ। ਹੁਣ ਉਹਨੇ ਇਹ ਗੱਲ ਕਹੀ ਆ ਕਿ ਇਹਦੇ ਉੱਤੇ ਤਾਂ ਸੁਣਵਾਈ ਨਹੀਂ ਹੋਈ, ਜਦੋਂ ਉਹਨੇ ਦੁਬਾਰਾ ਐਪਲੀਕੇਸ਼ਨ ਲਾਈ ਤਾਂ ਅਦਾਲਤ ਨੇ ਇਹਦੇ ਉੱਤੇ ਤੁਰੰਤ ਸੁਣਵਾਈ ਕੀਤੀ। ਉਹਨਾਂ ਨੇ ਇਹ ਗੱਲ ਕਹੀ ਕਿ ਰਿਕਾਰਡ ਤੋਂ ਇੱਦਾਂ ਲੱਗਦਾ ਕਿ ਇਸ ਅਦਾਲਤ ਦੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਇੱਕ ਜਗ੍ਹਾ ਦੇ ਉੱਤੇ ਇਹ ਐਪਲੀਕੇਸ਼ਨ ਜਿਹੜੀ ਉਹ ਪਾਈ ਗਈ ਆ, ਪਰ ਉਹਨੇ ਇਹ ਕਿਹਾ ਕਿ ਇਹਦੀ ਤੁਰੰਤ ਜਾਂਚ ਕੀਤੀ ਜਾਵੇ ਕਿ ਇਹਦੇ ਉੱਤੇ ਮਾਮਲਾ ਬਣਦਾ ਜਾਂ ਨਹੀਂ ਬਣਦਾ, ਔਰ ਪੁਲਿਸ ਨੂੰ ਦੱਸਿਆ ਜਾਵੇ ਕਿ ਕੀ ਮਾਮਲਾ ਦਰਜ ਕੀਤਾ ਜਾ ਸਕਦਾ। ਜਨਾਰ ਪੁਲਿਸ ਸਟੇਸ਼ਨ ਦੇ ਨਾਲ ਸੰਬੰਧਿਤ ਅਧਿਕਾਰੀ ਨੂੰ ਇਹ ਕਿਹਾ ਗਿਆ ਕਿ ਉਹ ਅਦਾਲਤ ਦੇ ਵਿੱਚ ਆਪਣਾ ਪੱਖ ਲਿਆ ਕੇ ਰੱਖੇ ਕਿ ਜੇ ਕਿਸੇ ਦੀ ਸ਼ਿਕਾਇਤ ਕੀਤੀ ਗਈ ਸੀਗੀ ਕਿ 100% ਦਾ ਫਾਰਮੂਲਾ ਕੀ ਆ ਤੁਸੀਂ ਲਿਆ ਕੇ ਦੱਸੋ। ਇਹ ਮਾਮਲਾ ਜਦੋਂ ਇੱਥੇ ਭਾਰਤ ਦੇ ਵਿੱਚ ਸਿਹਤ ਮੰਤਰੀ ਹੁਣ ਤਾਂ ਉਹ ਬਦਲ ਦਿੱਤੇ ਗਏ, ਉਹ ਹੁੰਦੇ ਸਨ ਤੇ ਉਹ ਇਸ ਦਵਾਈ ਦਾ ਉਦਘਾਟਨ ਕਰਨ ਚਲੇ ਗਏ ਸੀਗੇ, ਉਦੋਂ ਵੀ ਇਹ ਮਾਮਲਾ ਬੜਾ ਉੱਠਿਆ ਸੀਗਾ ਕਿ ਇਹਨੂੰ ਕਿਹਨੇ ਜਿਹੜੀ ਉਹ ਪਰਮਿਸ਼ਨ ਦੇ ਦਿੱਤੀ। ਉਹ ਇਹ ਤਾਂ ਉਹ ਸਮਾਂ ਸੀਗਾ ਉਦੋਂ ਵਿਦੇ ਦੀ, ਅਜੇ ਕੋਈ ਜਿਹੜਾ ਟੀਕਾ ਵੀ ਨਹੀਂ ਸੀ ਆਇਆ ਇਹਦੇ ਸੰਬੰਧ ਵਿੱਚ, ਰਾਈਟ, ਹਾਂਜੀ। ਰਾਮਦੇਵ ਨੇ ਜਦੋਂ ਇਹ ਦਾਅਵਾ ਕਰਤਾ ਸੀਗਾ ਕਿ ਮੇਰੀ ਜਿਹੜੀ ਇਹ ਬਣਾਈ ਹੋਈ ਦਵਾਈ ਕੋਰੋਨਲ ਆ ਇਹ 100% ਜਿਹੜੀ ਕਾਰਗਰ ਆ, ਔਰ ਹੈਰਾਨਗੀ ਦੀ ਗੱਲ ਇਹ ਆ ਕਿ ਜਿਹੜੇ ਇਹਦੇ ਸਟੋਰ ਆ ਉਹਨਾਂ ਦੇ ਉੱਤੇ ਉਹ ਸ਼ਰੇਆਮ ਅੱਜ ਵੀ ਵਿਕਦੀ ਹੈ ਜੀ। ਅੱਛਾ ਪੰਨੂ ਸਾਹਿਬ, ਹੁਣ ਇਹ ਦੱਸਿਓ ਵੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਹੁਣ ਸੋਸ਼ਲ ਮੀਡੀਆ 'ਤੇ ਸਿੱਖ ਭਾਈਚਾਰੇ ਖਿਲਾਫ਼ ਜੋ ਪ੍ਰਚਾਰ ਹੋ ਰਿਹਾ ਉਹਦਾ ਨੋਟਿਸ ਲਿਆ ਗਿਆ, ਕੀ ਕਿਹਾ ਗਿਆ ਜੀ? ਦੇਖੋ ਐਕਚੁਲੀ ਜਿਹੜੀਆਂ ਆਹ ਪਿਛਲੇ ਦਿਨਾਂ ਤੋਂ ਆਈ ਟੀ ਵਿੰਗ ਨੇ ਉਹਨਾਂ ਦੇ ਉੱਤੇ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਕਿ 84 ਦੁਬਾਰਾ ਆ ਸਕਦਾ ਜੀ, ਕਤਲੇਆਮ ਆ ਸਕਦਾ, ਇਸ ਮਾਮਲੇ ਦੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਇਹ ਹੇਟ ਟੈਰੋਰਿਜ਼ਮ ਬੰਦ ਹੋਣਾ ਚਾਹੀਦਾ, ਕਿ ਹੇਟ ਟੈਰੋਰਿਜ਼ਮ ਜਿਹੜਾ ਉਹ ਮੁਲਕ ਦੇ ਵਾਸਤੇ ਖਤਰਨਾਕ ਹੈ ਬਿਨਾਂ ਕਿਸੇ ਸ਼ੱਕ ਦੇ। ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਇਹ ਸਹੀ ਬਿਆਨ ਹੈ, ਔਰ ਇਸ ਤਰ੍ਹਾਂ ਦਾ ਬਿਆਨ ਉਹਨਾਂ ਦਾ ਦੇਰ ਪਹਿਲਾਂ ਆ ਜਾਣਾ ਚਾਹੀਦਾ ਸੀਗਾ, ਇਸ ਕਰਕੇ ਦੇਰ ਪਹਿਲਾਂ ਆ ਜਾਣਾ ਚਾਹੀਦਾ ਸੀਗਾ ਕਿ ਇਹ ਹੇਟ ਟੈਰੋਰਿਜ਼ਮ ਪ੍ਰਧਾਨ ਮੰਤਰੀ ਹੋਰਾਂ ਦੀ ਸੁਰੱਖਿਆ ਵਾਲੇ ਮਾਮਲੇ ਦੇ ਹਾਈਲਾਈਟ ਹੋਣ ਤੋਂ ਬਾਅਦ ਸਾਹਮਣੇ ਨਹੀਂ ਆਇਆ, ਇਹ ਉਦੋਂ ਪਹਿਲਾਂ ਵੀ ਜਿਹੜਾ ਇਹ ਆ ਰਿਹਾ। ਜਿਹਦੀ ਆਪਾਂ ਪਹਿਲਾਂ ਪਿਛਲੇ ਕੁਝ ਦਿਨਾਂ ਤੋਂ ਗੱਲ ਕੀਤੀ ਆ ਬੁਲੀ ਐਪ ਦੀ, ਜਿਹੜੀ ਉਹਦੇ ਵਿੱਚ ਜਿਹੜੇ ਅਕਾਊਂਟ ਬਣਾਏ ਗਏ ਆ ਉਹ ਸਿੱਖਾਂ ਦੇ ਨਾਮ ਵਰਤ ਕੇ ਬਣਾਏ ਗਏ ਆ। ਉਸ ਮਾਮਲੇ ਦੇ ਉੱਤੇ ਅਜੇ ਤੱਕ ਜਥੇਦਾਰ ਸਾਹਿਬ ਨੇ
कोई प्रतिक्रम नहीं दिता। जदों एक फिरके दे उत्ते अटैक किए जा रहे हैं, एक फिरके नूं वरत के अटैक किए जा रहे हैं, उहदे उत्ते आने चाहिए सी। ईवन अकाली दल जिहड़ा बादल है उहदी एक ट्रोल आर्मी है, सब नूं पता उहदी ट्रोल आर्मी है, उहने भी इसे तरह के फेक अकाउंट बनाए हुए आ। जदों कोई व्यक्ति अकाली दल बादल दे उत्ते सवाल उठाउंदा, उहदियां पॉलिसीज दे उत्ते सवाल उठाउंदा, तो वह झट देनी जिहड़ी ट्रोल आर्मी आ, वह सरगर्म हो जाती है। वह इसे तरह के फेक अकाउंट बनाए हुए आ जिहदे उत्ते गुरु नानक साहब की फोटो आ, दसवें पातशाह की फोटो आ, साहबजादियां की फोटो आ, उहदे उत्ते अकाल तख्त ढट्ठे की फोटो आ, उहदे उत्ते बाबा दीप सिंह जी की फोटो आ, जरनैल सिंह भिंडरांवाले की फोटो आ, उहदे उत्ते इदां दीआं नामवर फोटोआं ला के फेक अकाउंट बने हुए आ। यह बहुत चंगा किया ज्ञानी हरप्रीत सिंह होरां ने हेट टैरोरिज्म की गल की आ। एक राइट वर्ड है, हेट टैरोरिज्म है ये, पर हेट टैरोरिज्म इको जगह दे उत्ते नहीं तुसीं कह सकते कि अज हो रहा, इहदा विरोध बिल्कुल हो रहा है। कि इस तरह का जे कोई भी बंदा यह गल फैला रहा सिख भाईचारे के बारे दे विच, सिखां दे बारे दे विच, पंजाब दे बारे दे विच, उहदा विरोध होना चाहिए। पर जथेदार साहब नूं इह तां जिहड़ा होना चाहिए ना कि हेट टैरोरिज्म हरेक किस्म का माड़ा। कपूरथले दे विच घटना हुई, उत्थे कुट कुट के मार दिता एक बंदा जी, जी कतल का मामला दर्ज हो गया, वह भी तो हेट टैरोरिज्म है ना। तुसी कोई अपील दलील वकील मनना ही नहीं चाहते। जेडे लोग स्पीचस करते सीगे कि यही तरीका दरबार साहब दे विच बंदा मार दिता ना जी, उहदे तुसी बाद च इश्तहार दे रहे हो, लभो यह बंदा कौन सीगा, उहनूं 5 लाख रुपये का इनाम दिता जाऊगा, कि उहनूं तुसी किहड़े संदर्भ दे विच लओगे, उहदी तों पुछगिछ हुंदी, यह पता किया जाता वह बंदा कौन सीगा, इहनूं तुसी किहड़े तरीके दे नाल लैंदे हो। जदों एक बंदा इत्थे सिंघू बॉर्डर दे उत्ते मार के फेंस ते टंग दिता गया सीगा, कि वह हेट टैरोरिज्म नहीं सीगा, उदों जथेदार साहब की जबान नहीं खुली। समझ नहीं आता भी पिक एंड चूज वाले मामले के उत्ते तां नहीं ना घट्टो घट होना चाहिए। हेट टैरोरिज्म, हेट कोई भी व्यक्ति जिहड़ा जी किसी के वास्ते भी नफरत वाली भाषा वरत रहा तो वह माड़ा है जी, वह हेट टैरोरिज्म है। पर इहनूं तुसीं इह नहीं कह सकते भी आ हेट टैरोरिज्म है आ नहीं जी। ते फनू साहब यह दस्सो, लुधियाने दे विच भाजपाइयां दा धरना चल रहा सी, इक उत्थे निहंग सिंह दे पहुंचण करके तनाव बन गया, की मामला जी, इह की होया उत्थे? एक्चुअली जिहड़े भाजपाई ने जी वह अज कर रहे सीगे डिप्टी कमिश्नर दे दफ्तरां दा घराओ, ते उत्थे एक निहंग सिंह पहुंच गया, उन्हें आके जिहड़ा सी उह प्रधानमंत्री दे खिलाफ बोलना शुरू कर दिता, ते भाजपाइयां ने उहनूं फड़न की कोशिश की। जदों उह उत्थों बोल के निकलण लग्या ते अगे पुलिस खड़ी सी, पुलिस ने उहनूं फड़िया ते इन्हां ने पुलिस तो खिंचण की उहनूं कोशिश की। इस कशमकश दे विच वाहवा खिचातुई हुई, पुलिस ने खिचातुई की भारतीय जनता पार्टी के वर्करां दी, जिहड़े कि डिप्टी कमिश्नर का घराओ कर रहे सीगे, डिप्टी कमिश्नर का घराओ जिहड़ा कर रहे सीगे, वह आ जिहड़ा सारा आपां मामला करके हटिया उहदे करके कर रहे सीगे। एक्चुअली की है कि यह उस पासे वल नूं कहानी लिजाण की कोशिश इन्हां दे वल्लों की जाती है, कि जिहड़ी इहनूं हवा दे के इस चीज़ नूं एक कंट्रोवर्सी उभारी जा सके। मैं अगे भी गल की सी, मैं फिर गल बड़ी ठोक बजा के जिहड़ी कहूँगा कि जिहड़े कुछ लोग सोचते हैं ना कि शायद उहदे च विदेशां च दुकानां खोली बैठे बड़े इस गल नूं लैके कछां वजाउण लग जांदे मिंटो मिंटी, वह भी यह गल समझ लैण कि चाहे कुछ भी हो जाए पंजाब दे विच इह दो फिरकियां दे विचाले नफरत पैदा नहीं की जा सकूगी, चाहे कुछ भी हो जाए। उहदा कारण है एक वड्डा कि इत्थे जिहड़े इह दोनों भाईचारे ने इह एक दूजे दे नाल इन्हां दी रोजी रोटी दी सांझ आ, हरेक दे बिजनेस दूजे दे नाल जुड़े हुए आ। जदों बिजनेस जुड़े हुए आ ना, तुहाडी सांझ रोजी रोटी दी आ, फिर उत्थे नफरत पैदा नहीं हुंदी। इत्थे बड़े माड़े तो माड़ा समां पंजाब ने वेख्या, आ जिहड़ियां वीडियो वूडियोज पाई जांदे आ जां इत्थे कुछ लोग लिखी जांदे आ कि इत्थे आ होजूगा, इत्थे आ होजूगा, कुछ नहीं इस तरह का होण लग्या, ये टैंपरेरी आ। इत्थे घट्टो घट्ट पंजाब दे विच इह दो फिरके नहीं लड़नगे कदी जी। ते पन्नू साहब अज नामा की है जी कि कांग्रेस पार्टी इधर कुछ होर बोले, बोलदी दिल्ली दे विच कुछ होर बेली,
ਕਾਂਗਰਸ ਪਾਰਟੀ ਇੱਧਰ ਕੁਝ ਹੋਰ ਬੋਲੇ, ਬੋਲਦੀ ਦਿੱਲੀ ਦੇ ਵਿੱਚ ਕੁਝ ਹੋਰ ਬੇਲੀ, ਇੱਥੇ ਕਿਹਾ ਕਿ ਮੋਦੀ ਨਹੀਂ ਵੜਨ ਦਿੱਤਾ, ਛੱਡਿਆ ਰਸਤਿਓਂ ਦਿੱਲੀ ਨੂੰ ਤੋਰ ਬੇਲੀ, ਉਧਰ ਦੇਸ਼ ਦੀ ਨਵਜ਼ਾ ਹੋਰ ਧੜਕੀ ਪੈਂਦਾ ਸੁਣਿਆ ਕੁਸੈਲਾ ਜਦ ਸ਼ੋਰ ਬੇਲੀ, ਮਾਰੀ ਚੰਨੀ ਨੂੰ ਉਹਨਾਂ ਫਿਰ ਡਾਂਟ ਤਕੜੀ, ਜਿਹੜੇ ਹੱਥਾਂ ਵਿੱਚ ਚੰਨੀ ਦੀ ਡੋਰ ਬੇਲੀ, ਮੁਸ਼ਕਲ ਏਡੀ ਨਾ ਕਿਸੇ ਵੀ ਦੂਸਰੇ ਨੂੰ ਜਿੱਡੀ ਚੰਨੀ ਲਈ ਜਾਪਦੀ ਬਣੀ ਬੇਲੀ, ਮੁਸ਼ਕਲ ਏਡੀ ਨਾ ਕਿਸੇ ਵੀ ਦੂਸਰੇ ਨੂੰ ਜਿੱਡੀ ਚੰਨੀ ਲਈ ਜਾਪਦੀ ਬਣੀ ਬੇਲੀ, ਤੁਣਕੇ ਦਿੱਲੀਓਂ ਪਈ ਉਹ ਮਾਰਦੀ ਹੈ, ਜਿਹਦੇ ਹੱਥ ਵਾਗ ਦੀ ਤਣੀ ਬੇਲੀ। ਜੀ ਬਹੁਤ ਬਹੁਤ ਧੰਨਵਾਦ ਪੰਨੂ ਸਾਹਿਬ, ਅਗਲੇ ਹਫ਼ਤੇ ਫਿਰ ਗੱਲ ਕਰਦੇ ਹਾਂ ਜੀ, ਹੈਵ ਅ ਨਾਈਸ ਵੀਕਐਂਡ। ਮਿਹਰਬਾਨੀ ਜੀ, ਧੰਨਵਾਦ ਜੀ, ਸੇਮ ਟੂ ਯੂ, ਥੈਂਕ ਯੂ।